बोले ईसो नृपें सतगुरु स्वामी ईश्वरदास महाराज की जय। Yeah.
ਸਤਿਗੁਰੂ ਸ਼੍ਰੀ ਗੁਰੂ ਸਵਾਮੀ ਸ਼ਰਦਾਸ ਮਹਾਰਾਜ ਜੀ ਜਿਨ੍ਹਾਂ ਦਾ ਡੇਰਾ ਆਨੰਦਗੜ੍ਹ ਪਿੰਡ ਹੁਸ਼ਿਆਰਪੁਰ ਜ਼ਿਲ੍ਹਾ ਦੇ ਵਿੱਚ ਮਸ਼ਹੂਰ ਹੈ, ਜੋ ਪੰਜ ਮੰਜ਼ਲੀ ਗੁਰਦੁਆਰਾ ਆਦਿ ਦੁਆਰਾ ਆਨੰਦਗੜ੍ਹ ਵਿੱਚ ਤਿਆਰ ਹੋ ਗਿਆ। ਸੋ ਸਮੂਹ ਸੰਗਤ ਨੂੰ ਉਸ ਗੁਰੂ ਦੇ ਦਰਬਾਰ ਦੀ ਲੱਖ ਲੱਖ ਵਧਾਈ ਹੋਵੇ। ਸੋ ਉਹ ਥਾਂ ਜਿੱਥੇ ਸਤਿਗੁਰ ਸਵਾਮੀ ਸ਼ਰਦਾਸ ਮਹਾਰਾਜ ਜੀ ਨੇ ਬੈਠ ਕੇ ਜਪ ਤਪ ਸਿਮਰਨ ਭਜਨ ਬੰਦਗੀ ਕੀਤੀ ਔਰ ਸਾਡੀ ਕੌਮ ਨੂੰ ਸੇਧ ਦਿੰਦੇ ਹੋਏ ਸ਼੍ਰੀ ਗੁਰੂ ਆਦਿ ਪ੍ਰਕਾਸ਼ ਰਤਨਾਕਰ ਸਾਗਰ ਜੀ ਦੀ ਰਚਨਾ ਨੂੰ ਰਚਿਆ। ਸੋ 32 ਸਾਲ ਲਾ ਕੇ ਸਵਾਮੀ ਜੀ ਮਹਾਰਾਜ ਜੀ ਨੇ ਆਦਿ ਪ੍ਰਕਾਸ਼ ਜੀ ਦੀ ਰਚਨਾ ਨੂੰ ਰਚ ਕੇ ਸਾਨੂੰ ਪੜ੍ਹਨ ਯੋਗ ਕਰ ਦਿੱਤਾ। ਸੋ ਉਸਦੇ ਵਿੱਚੋਂ ਸ਼ਬਦ ਆਪ ਜੀ ਨੂੰ ਸਰਵਨ ਕਰਵਾ ਜਾ ਰਿਹਾ ਹੈ। ਸੋ ਸਤਿਗੁਰ ਮਹਾਰਾਜ ਜੀ ਗੁਰਬਾਣੀ ਅੰਦਰ ਫਰਮਾਨ ਕਰਦੇ ਕੀ ਫਰਮਾਨ ਕੀਤਾ ਕਿ ਹੇ ਜੀਵ, ਸ਼ਬਦ ਗੁਰੂ ਕਾ ਬਰਾਗਨਾ, ਇਹ ਕਦੀ ਗੁਰੂ ਦੇ ਸ਼ਬਦ ਨਾਲ ਤੂੰ ਬਰਾਗ ਨਹੀਂ ਕੀਤਾ। ਸ਼ਬਦ ਗੁਰੂ ਕਾ ਬਰਾਗਨਾ ਕਰੇ ਭੇਖ ਅਨੇਕ, ਕਹਿ ਰਵਿਦਾਸ ਅੰਤ ਸਮੇਂ ਫਿਰ ਜਮ ਦੂਤਾਂ ਕੋ ਵੇਖ। ਤੇ ਜੇਕਰ ਗੁਰੂ ਦੇ ਸ਼ਬਦ ਦੇ ਨਾਲ ਨਾ ਤੂੰ ਜੁੜਿਆ, ਗੁਰੂ ਦੇ ਸ਼ਬਦ ਦੀ ਕਮਾਈ ਨਾ ਕਰ ਸਕਿਆ, ਤਾਂ ਅੰਤ ਸਮੇਂ ਤੈਨੂੰ ਜਮ ਦੂਤ ਦੱਸਣਗੇ ਕਿ ਤੂੰ ਕਿਸ ਕੰਮ ਵਾਸਤੇ ਸੰਸਾਰ ਦੇ ਉੱਤੇ ਆਇਆ, ਤੂੰ ਕੀ ਸਿੱਖਿਆ। ਤਾਂ ਮਹਾਰਾਜ ਜੀ ਨੇ ਸਾਫ ਬਾਣੀ ਅੰਦਰ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਉਚਾਰਨ ਕਰਦੇ, ਜਿਨ੍ਹਾਂ ਦਾ ਗੁਰਪੁਰਬ ਪੂਰੀ ਦੁਨੀਆਂ ਦੇ ਵਿੱਚ ਬੜੀ ਸ਼ਰਧਾ ਪੂਰਵਕ 31 ਤਰੀਕ ਵਾਲੇ ਦਿਨ ਮਨਾਇਆ ਜਾ ਰਿਹਾ ਹੈ। ਕੀ ਮਹਾਰਾਜ ਜੀ ਨੇ ਕਿਹਾ ਕਿ ਵਕਤ ਬਿਹਾਨਾ ਮਾਨਸਾ, ਇਹ ਮਾਨਸ਼ ਬੰਦੇ ਵਕਤ ਬਿਹਾਨਾ ਮਾਨਸਾ ਰਵਿਦਾਸ ਧਿਆ ਪਛਤਾਨ, ਹੁਨਰ ਭਾਤਨਾ ਆਪਣੀ ਜਬ ਛੂਟਤ ਤੀਰਥ ਮਾਨ। ਜਿਸ ਵੇਲੇ ਵਕਤ ਲੰਘ ਗਿਆ ਤੂੰ ਬਾਅਦ ਚ ਪਛਤਾਵੇਂਗਾ, ਹੱਥ ਕੁਛ ਨਹੀਂ ਆਵੇਗਾ। ਤਾਂ ਮਹਾਰਾਜ ਜੀ ਨੇ ਉਚਾਰਨ ਕਰਕੇ ਦੱਸਿਆ ਕਿ ਸ਼ਬਦ ਗੁਰੂ ਕਾ ਬਰਾਗਨਾ ਕਰੇ ਭੇਖ ਅਨੇਕ, ਤੂੰ ਦਿਨੋ ਰਾਤ ਹੋਰ ਕਰਮਾਂ ਦੇ ਵਿੱਚ ਜੁਟਿਆ ਪਿਆ ਹੈ। ਜਿਸ ਤਰ੍ਹਾਂ ਗੁਰਬਾਣੀ ਅੰਦਰ ਉਚਾਰਨ ਹੈ ਕਿ ਆਠ ਕਰਮ ਰਿਹੋ ਤੁਮ ਭਰਪੂਰ, ਸੁਕਿਰਤ ਕਰਮ ਤੋਂ ਰਿਹੋ ਤੁਮ ਦੂਰ, ਚੰਗੇ ਕਰਮ ਤੋਂ ਅਸੀਂ ਦੂਰ ਹਾਂ, ਜੇ ਦੂਰ ਹਾਂ ਤਾਂ ਉਸਦਾ ਲੇਖਾ ਸਾਨੂੰ ਦੇਣਾ ਪਵੇਗਾ। ਉਸ ਧਰਮਰਾਜ ਨੇ ਮਹਾਰਾਜ ਜੀ ਨੇ ਦੱਸਿਆ ਕਿ ਲੇਖਾ ਲੈਣਾ, ਲੇਖਾ ਮੰਗੇ ਬਾਣੀਆਂ ਫੜ ਬੇਲੀ ਤੇ ਕਿਤਾਬ ਨੂੰ ਖੋਲ, ਹਰ ਇੱਕ ਪਲ ਦਾ ਸਾਨੂੰ ਲੇਖਾ ਦੇਣਾ ਪਵੇਗਾ। ਜੋ ਜੋ ਅਸੀਂ ਕਰਦੇ ਹਾਂ ਚੰਗਾ ਕਰਦੇ ਹਾਂ ਉਸਦਾ ਫਲ ਮਿਲੇਗਾ, ਮੰਦਾ ਕੀਤਾ ਮੰਦੇ ਦਾ ਫਲ ਝੋਲੀ ਦੇ ਪਵੇਗਾ, ਜਿਹੋ ਜਿਹਾ ਅਸੀਂ ਕਰਮ ਕਰਾਂਗੇ ਉਸ ਉਹ ਜਿਹਾ ਸਾਨੂੰ ਫਲ ਪ੍ਰਾਪਤ ਹੋਵੇਗਾ। ਤਾਂ ਸਤਿਗੁਰੂ ਮਹਾਰਾਜ ਜੀ ਨੇ ਬਾਣੀ ਅੰਦਰ ਤਾਂ ਸ਼ਬਦ ਲਿਖਿਆ ਹੈ ਕਿ ਸਹੀ ਧਰਤੀ ਸੁਹਾਵੀ ਹੋਵੇ, ਜਿਸ ਤਰ੍ਹਾਂ ਆਪ ਜੀ ਦਾ ਗੁਰੂ ਦਰਬਾਰ ਹੈ ਬੜਾ ਮੰਨਣ ਯੋਗ ਬਣ ਗਿਆ ਹੈ ਔਰ ਦੁਨੀਆ ਮੰਨ ਰਹੀ ਹੈ, ਮੰਨਣਾ ਚਾਹੀਦਾ ਹੈ ਧਾਰਮਿਕ ਸਥਾਨ ਨੂੰ, ਤਾਂ ਹੀ ਸਾਡਾ ਜੀਵਨ ਸਫਲ ਹੋਵੇਗਾ। ਬੋਲੋ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਜੈ।